ਲਓ ਜੀ ਗਜਰੇਲਾ ਬਣਨ ਲੱਗਾ ਜੀ ਅੱਜ, ਆਹ ਦੇਖ ਲਓ ਤਾਜ਼ੀਆਂ ਤਾਜ਼ੀਆਂ ਹੈਗੀਆਂ ਸਾਡੇ ਕੋਲ ਗਾਜਰਾਂ ਕੱਦੂਕਸ਼ ਵਿੱਚ ਇਹਨਾਂ ਨੂੰ ਕੀਮਾ ਬਣਦਾ ਪਿਆ ਜਾਣੀ ਕਿ ਠੰਡ ਦੇ ਵਿੱਚ ਗਜਰੇਲਾ ਖਾਣਾ ਯਾਨੀ ਕਿ ਬਹੁਤ ਜ਼ਿਆਦਾ ਨਜ਼ਾਰਾ ਆ ਜਾਂਦਾ ਜੇ ਤਾਜ਼ੀਆਂ ਗਾਜਰਾਂ ਹੋਣ ਤਾਂ। ਤੁਸੀਂ ਗਜਰੇਲਾ ਖਾਂਦੇ ਹੁੰਦੇ ਨਹੀਂ ਕਮੈਂਟ ਕਰਕੇ ਦੱਸਿਓ, ਅਤੇ ਗਜਰੇਲਾ ਬਣਾਉਣ ਦੀ ਪੂਰੀ ਰੈਸਿਪੀ ਸ਼ੇਅਰ ਕਰਾਂਗੇ ਵੀਡੀਓ ਦੇ ਵਿੱਚ। ਵੀਡੀਓ ਨੂੰ ਛੱਡ ਕੇ ਨਾ ਜਾਇਓ, ਤੁਹਾਡੇ ਕੋਲ 5 ਮਿੰਟ ਹੈਗੇ ਆ ਤਾਂ 5 ਮਿੰਟ ਦੀ ਇਹ ਵੀਡੀਓ ਦੇਖ ਕੇ ਜ਼ਰੂਰ ਜਾਇਓ ਜੀ। ਇਹਦੇ ਵਿੱਚ ਪੈਣਾ ਕੀ ਹੈ ਸਮਾਨ ਜਾਣੇ ਕੀ ਪਊਗਾ? ਦੇਸੀ ਘਿਓ। ਦੇਸੀ ਘਿਓ, ਹਾਂ ਇਹ 'ਚ ਦੇਸੀ ਘਿਓ ਦੂਜਾ ਪਾ ਲਵਾਂਗੇ। ਹੋਰ ਦੁੱਧ ਦੁੱਧ ਜਾਣੀ ਕਿ ਕਿੰਨਾ ਕੁ ਪੈ ਜਾਊਗਾ ਫਿਰ? ਹਾਂ ਦੁੱਧ ਜ਼ਿਆਦਾ ਵੀ ਪਾ ਸਕਦੇ ਹਾਂ ਜਾਂ ਘੱਟ ਵੀ ਪਾ ਸਕਦੇ ਹਾਂ। ਕਿੰਨਾ ਕੁ ਜਾਣੀ ਕਿ ਘੱਟ ਤੋਂ ਘੱਟ? ਹਾਂ ਅੱਧੀ ਕਿਲੋ ਦੁੱਧ ਪੈ ਜਾਊਗਾ। ਯਾਨੀ ਕਿ ਗਾਜਰਾਂ ਤਾਂ ਸਾਡੇ ਕੋਲ ਟੋਟਲ ਹੈਗੀਆਂ 20 ਰੁਪਏ ਦੀਆਂ, ਜ਼ਿਆਦਾ ਲਿੱਤੀਆਂ ਹੋਈਆਂ। ਅੱਧਾ ਕਿਲੋ ਦੁੱਧ ਪਾ ਲਓ ਵੀ 30 ਰੁਪਏ ਦਾ ਮਿਲ ਜਾਊਗਾ, ਠੀਕ ਹੈ। 50 ਰੁਪਏ ਦੇ ਵਿੱਚ ਇੱਕ ਵਧੀਆ ਗਜਰੇਲਾ ਬਣ ਜਾਊਗਾ। ਯਾਨੀ ਕਿ ਤੁਸੀਂ ਦੁਕਾਨ 'ਤੇ ਇੰਨੇ ਗਜਰੇਲਾ ਲਓਗੇ ਨਾ ਜਿੰਨਾ 50 ਰੁਪਏ ਦਾ ਇੱਥੇ ਘਰ ਬਣੂਗਾ। ਉਹ ਗਜਰੇਲਾ ਤੁਹਾਨੂੰ ਦੁਕਾਨ 'ਤੇ ਘੱਟੋ ਘੱਟ 300 ਰੁਪਏ ਦਾ ਮਿਲੂਗਾ, ਉਹ ਵੀ ਬੇਕਾਰ ਹੋਊਗਾ, ਬੇਕਾਰ ਦੁੱਧ, ਖਰਾਬ ਦੁੱਧ ਦਾ ਹੋਊਗਾ। ਬਣਾ ਕੇ ਦੇਖਿਓ ਜ਼ਰੂਰ, ਯਾਨੀ ਕਿ ਬਣਨ ਤੋਂ ਬਾਅਦ ਤੁਹਾਨੂੰ ਖਾ ਕੇ ਵੀ ਦਿਖਾਵਾਂਗੇ ਕਿੱਦਾਂ ਦਾ ਬਣਿਆ। ਆਪਾਂ ਤਾਂ ਪਹਿਲੇ ਵੀ ਬਣਾਈ ਦਾ, ਯਾਨੀ ਕਿ ਬਹੁਤ ਵਧੀਆ ਬਣਦਾ ਹੁੰਦਾ। ਅੱਛਾ ਵਧੀਆ ਬਣਦਾ ਹੁੰਦਾ ਕਿ ਮਾੜਾ? ਬਹੁਤ ਵਧੀਆ ਬਣਦਾ ਘਰ। ਹਾਂ ਘਰ ਬਹੁਤ ਵਧੀਆ ਬਣਦਾ ਹੁੰਦਾ, ਘਰ ਦੀ ਚੀਜ਼ਾਂ ਵੈਸੇ ਵਧੀਆ ਹੁੰਦੀਆਂ ਹੈਗੀਆਂ, ਮਾੜੀਆਂ ਨਹੀਂ ਹੁੰਦੀਆਂ ਹੈਗੀਆਂ ਕਦੀ ਵੀ। ਆ ਜਿਹੜਾ ਕੱਦੂਕਸ਼ ਆ ਇਹ ਵੀ ਤੁਹਾਨੂੰ ਮਿਲ ਜੂਗਾ, ਵੈਸੇ ਤਾਂ ਸਾਡੇ ਪਿੰਡ 'ਚ ਬਣਾਉਂਦੇ ਹੁੰਦੇ ਆ ਬੰਦੇ, ਉਹ ਦੇ ਦਿੰਦੇ ਆ ਇੱਥੇ ਯਾਨੀ ਕਿ 30 ਤੋਂ 40 ਰੁਪਏ ਦਾ। ਆ ਜਿਹੜਾ ਕੱਦੂਕਸ਼ ਆ ਤੁਸੀਂ ਆਪਣੇ ਬਾਜ਼ਾਰ 'ਚ ਲੈ ਲਿਓ, ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜੂਗਾ ਯਾਨੀ ਕਿ ਉਹੀ ਕੋਈ 50-60 ਰੁਪਏ ਦਾ ਮਿਲ ਜੂਗਾ ਕੱਦੂਕਸ਼। ਇੰਨੇ ਦਾ ਤੁਸੀਂ ਬਾਅਦ 'ਚ ਜਾਣੀ ਕਿ ਜਦੋਂ ਮਰਜ਼ੀ ਚੀਜ਼ਾਂ ਕੋਈ ਵੀ ਬਣਾ ਸਕਦੇ ਹੋ। ਹੋਰ ਵੀ ਇੱਥੇ ਯਾਨੀ ਕਿ ਕੱਦੂਕਸ਼ 'ਚ ਕੋਈ ਚੀਜ਼ਾਂ ਮਿਕਸ ਕਰਨੀਆਂ ਹੋਣ ਤਾਂ ਉਹ ਵੀ ਬਹੁਤ ਆਰਾਮ ਨਾਲ ਵਧੀਆ ਹੋ ਜਾਂਦੀਆਂ ਹੁੰਦੀਆਂ। ਆਹ ਦੇਖ ਲਓ ਇੱਥੇ ਰੱਖਤੀ, ਆਪਾਂ ਕੜਾਹੀ ਰੱਖਤੀ ਹੋਈ ਆ ਜੀ। ਹਾਂ ਕੜਾਹੀ ਰੱਖਣ ਤੋਂ ਬਾਅਦ ਆਪਾਂ ਆਹ ਕੰਮ ਕਰ ਦੇਵਾਂਗੇ ਸ਼ੁਰੂ। ਆਹ ਦੇਖ ਲਓ ਇੱਥੇ ਨਿਸ਼ਾ ਬਾਲਣ ਕੱਢਦੀ ਪਈ ਆ ਗਜਰੇਲਾ ਬਣਾਉਣ ਨੂੰ। ਆਹ ਦੇਖ ਲਓ ਸੁੱਕਾ ਬਾਲਣ ਕੱਢ ਲਿਆ ਜੀ। ਜਿਲ ਕਿੱਦਾਂ ਖਾਣਾ ਤੂੰ ਗਜਰੇਲਾ, ਦੱਸੀ ਕਿੱਦਾਂ ਖਾਣਾ ਗਜਰੇਲਾ ਤੂੰ? ਮੇਰੇ ਲਈ ਥੱਲੇ ਬਹਿਣਾ ਬਹੁਤ ਜ਼ਿਆਦਾ ਔਖਾ, ਇਸ ਕਰਕੇ ਮੈਂ ਅੰਦਰੋਂ ਆਹ ਦੇਖ ਲਓ ਆਹ ਫੱਟੀ ਕੱਢ ਕੇ ਲਿਆਉਂਦੀ ਹੈ ਥੱਲੇ, ਇਹਦੇ ਨਾਲ ਬੈਠਾਂਗੇ, ਲੱਤਾਂ ਬਹੁਤ ਦੁਖਣ ਲੱਗ ਪੈਂਦੀਆਂ। ਉਹ ਨਿਖਿਲ ਨੇ ਕੀ ਪਾਤਾ? ਓ ਲੋ ਜੀ ਇੱਥੇ ਬੈਠ ਜਾਂਦੇ ਆ ਅਤੇ ਨਿਖਿਲ ਸਾਡਾ ਬਹੁਤ ਮਸਤੀ ਮੁਸਤੀ ਕਰਦਾ ਹੁੰਦਾ ਹੈ ਨਾ ਨਿਖਿਲ। ਲਓ ਜੀ ਹੁਣ ਇਹਦੇ ਵਿੱਚ ਪਾ ਦੇਣੀਆਂ ਰਿਫਾਇਣ ਦੇ ਵਿੱਚ ਗਾਜਰਾਂ। ਆਹ ਦੇਖ ਲਓ ਗਾਜਰਾਂ ਵੀ ਪਾਤੀਆਂ ਰਿਫਾਇਣ ਦੇ ਵਿੱਚ, ਸਮੈਲ ਬਹੁਤ ਵਧੀਆ ਆਉਂਦੀ ਪਈ ਹੈ ਨਾਲੇ। ਆਹ ਲਓ ਵੀ ਆਪਾਂ ਖੰਡ ਵੀ ਪਾਤੀ, ਹੁਣ ਸਾਰੀ ਖੰਡ ਪਾ ਦੇਵਾਂਗੇ ਐਨ। ਅੱਗ ਸਾਡੀ ਭੁੱਜ ਗਈ ਆ ਕਿਉਂਕਿ ਮੈਂ ਜਿਹੜਾ ਕੱਲ੍ਹ ਨੂੰ ਜੰਗਲ 'ਚੋਂ ਬਾਲਣ ਲਿਆਇਆ ਸੀ ਉਹ ਬਹੁਤ ਜ਼ਿਆਦਾ ਗਿੱਲਾ ਸੀਗਾ। ਆਹ ਦੇਖ ਲਓ ਫਿਰ ਵੀ ਸਾਨੂੰ ਮੈਨੇਜ ਕਰਨਾ ਪਊਗਾ, ਸਾਨੂੰ ਮੈਨੇਜ ਕਰਕੇ ਅੱਗ ਜਾਣ ਕੇ ਬੁਲਾਉਣੀ ਪੈਣੀ ਆ ਐਨ ਧੱਕਾ ਕਰਕੇ। ਆਹ ਦੇਖ ਲਓ ਹੁਣ ਬਲਦੀ ਪਈ ਆ, ਅੱਖਾਂ 'ਚ ਧੂਆ ਵੀ ਬਹੁਤ ਜ਼ਿਆਦਾ ਆਉਂਦਾ ਪਿਆ। ਆਹ ਦੇਖ ਲਓ ਹੁਣ ਪਾਉਂਦੇ ਹਾਂ ਜੀ ਇਹਦੇ ਵਿੱਚ ਦੁੱਧ, ਬੋਲ ਵੀ ਨਹੀਂ ਹੋ ਰਿਹਾ, ਦੁੱਧ ਪਾਉਂਦੇ ਹਾਂ ਜੀ ਇਹ 'ਚ। ਉਹ ਬਾਹਰ ਥੋੜ੍ਹਾ ਜਿਹਾ ਡੁੱਲ ਗਿਆ ਜੀ।
ਪਹਿਲੇ ਪਹਿਲੇ ਤੁਹਾਨੂੰ ਇੱਦਾਂ ਲੱਗੂਗਾ ਇਹ ਤਾਂ ਕੋਈ ਕੜੀ ਬਣ ਗਈ ਹੁੰਦੀ ਆ, ਪਰ ਬਣੂਗਾ ਗਜਰੇਲਾ ਹੀ। ਦੇਸੀ ਚੁੱਲ੍ਹੇ 'ਤੇ ਬਹਿਣਾ ਆਸਾਨ ਨਹੀਂ ਹੁੰਦਾ। ਆਹ ਦੇਖ ਲਓ ਕਿੱਦਾਂ ਫੂਕਾਂ ਮਾਰ ਮਾਰ ਕੇ ਹਾਲਤ ਕੀ ਹੋ ਜਾਂਦੀ ਆ। ਉਹ ਧੂੰਆਂ ਦੇਖ ਲਓ ਕਿੰਨਾ, ਉੱਪਰੋਂ ਵੀਡੀਓ ਵੀ ਕਾਲੀ ਹੁਣ ਨਜ਼ਰ ਆਉਣ ਲੱਗ ਪਈ ਆ। ਗਜਰੇਲਾ ਬਣ ਕੇ ਤਿਆਰ ਹੋ ਗਿਆ, ਕਿੰਨਾ ਵਧੀਆ ਗਜਰੇਲਾ ਬਣਿਆ। ਇੰਨਾ ਕੁ ਗਜਰੇਲਾ ਤੁਸੀਂ ਮਾਰਕੀਟ ਦੇ ਵਿੱਚ ਲੈਣ ਜਾਓਗੇ ਨਾ, ਤੁਹਾਨੂੰ 300-400 ਰੁਪਏ ਦੇ ਵਿੱਚ ਵੀ ਮਿਲੂਗਾ। ਆਹ ਦੇਖ ਲਓ ਕਿੰਨਾ ਵਧੀਆ ਗਜਰੇਲਾ ਬਣਿਆ ਜੀ।